ਸਰ ਕੀ ਸਰ ਕੀ ਗੱਲ ਕੀ ਹੋਈ ਇਹਦੇ ਉੱਪਰ ਗੱਡੀ ਚੜਾਈ ਹੈ ਪਿੱਛੇ ਭਾਈ ਇਹਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਚਲਾ ਕੇ ਦੇਖੋ ਕਿੱਥੇ ਤੱਕ ਲੱਗ ਗਿਆ ਦੇਖੋ ਸੱਟ ਲੱਗੀ ਆ ਉੱਥੇ ਬਿਠਾ ਕੇ ਇਹ ਸਾਡੀ ਨੇ ਇਸ ਮੁੰਡੇ ਦੇ ਮੂੰਹ ਤੇ ਦੋ ਚਪੇੜਾ ਮਾਰੀ ਆ ਕੀ ਜਨਾਨੀਆਂ ਬੰਦੇ ਤੇ ਹੱਥ ਚੱਕ ਸਕਦੀ ਆ ਚਾਰ ਹੋ ਜਾਣੀਆਂ ਅਗਲਾ ਮਰ ਜਾਂਦਾ ਉੱਥੋਂ ਦੀ ਕਿੰਨੇ ਕਿਲੋਮੀਟਰ ਲੈ ਗਿਆ ਲੇਡੀਜ਼ ਹੋਏਗੀ ਮਤਲਬ ਜੈਡ ਦੇ ਉੱਤੇ ਹੱਥ ਚੱਕੂਗੀ ਲੇਡੀ ਚਲਾਉਂਦੀ ਪਈ ਸੀਗੀ ਨਾ ਜੀ ਇਹ ਗੱਡੀ ਚ ਬੈਠੇ ਸੀਗੇ ਸਾਰੇ ਜਾਣੇ ਭਾਜੀ ਮੈਮ ਸਾਰੀ ਟੀਮ ਗੱਡੀ ਵਿੱਚ ਬੈਠੀ ਵੈਸੇ ਤਾਂ ਤੁਹਾਡਾ ਬੋਲਣਾ ਬਣਦਾ ਹੀ ਨਹੀਂ ਪਹਿਲੇ ਮੁੰਡੇ ਨੇ ਹੱਥ ਚੱਕਿਆ ਭਾਈ ਉਹਨੇ ਹੱਥ ਚੱਕਿਆ ਪਹਿਲੇ ਉਹਨੇ ਲੇਡੀ ਦੇ ਹੱਥ ਬਣਾਓ ਵੀਡੀਓ ਬਣਾਓ ਜਲਦੀ ਕਰੋ ਨਹੀਂ ਗਲਤੀ ਤਾਂ ਹੈਗਾ ਪਿਆ ਉਹਨੇ ਆ ਕੇ ਮਾਰ ਕੇ ਭਾਈ ਭਾਜੀ ਮੇਰੀ ਗੱਲ ਸੁਣ ਇੰਸੀਡੈਂਟ ਕਿੱਥੋਂ ਹੋਇਆ ਕਿ ਦੱਸੋ ਮੈਂ ਉਧਰੋਂ ਆ ਰਿਹਾ ਸੀ ਕਿਹੜੀ ਜਗ੍ਹਾ ਤੋਂ ਆਉਂਦੇ ਪਏ ਸੀ ਭਈਆ ਮੰਡੀ ਚੌਂਕ ਤੋਂ ਅੱਛਾ ਭਾਜੀ ਇਹਨਾਂ ਨੇ ਪਿੱਛੇ ਮੇਰੇ ਕਾਰ ਮਾਰੀ ਮੈਂ ਕਿਹਾ ਬਾਊ ਜੀ ਧਿਆਨ ਨਾਲ ਚਲਾਓ ਗੱਡੀ ਇਹਨੇ ਬਾਊ ਜੀ ਫਿਰ ਮੇਰੇ ਉੱਤੇ ਗੱਡੀ ਚੜਾਈ ਆਹ ਮੇਰੇ ਸੱਟ ਲੱਗੀ ਮੈਂ ਕਿਹਾ ਬਾਊ ਜੀ ਖੜ ਜਾਓ ਬਾਊ ਜੀ ਖੜੇ ਨੀ ਮੈਂ ਗੱਡੀ ਦੇ ਅੱਗੇ ਖੜਾ ਹੋ ਗਿਆ ਜਨਾਨੀ ਨੇ ਆ ਕੇ ਮੇਰੇ ਚਪੇੜ ਮਾਰਤੀ ਮੈਂ ਗੱਡੀ ਦੇ ਅੱਗੇ ਆ ਕੇ ਖੜਾ ਹੋਇਆ ਇਹਨੇ ਗੱਡੀ ਚਲਾਤੀ ਮੈਂ ਬੋਨਟ ਤੇ ਇੱਕ ਕਿਲੋਮੀਟਰ ਗੱਡੀ ਮੈਨੂੰ ਬੋਨਟ ਤੇ ਵੜਾ ਕੇ ਘਸੀਟ ਕੇ ਲਾਇਆ ਜੇ ਬਾਈ ਮੈਂ ਡਿੱਗ ਜਾਂਦਾ ਮਰ ਜਾਂਦਾ ਕੌਣ ਜ਼ਿੰਮੇਵਾਰ ਸੀ ਤੁਸੀਂ ਦੱਸੋ ਕਿਹੜੇ ਬੰਦਾ ਕੌਣ ਸੀਗਾ ਆਹ ਬੰਦਾ ਬਾਈ ਜੀ ਸਾਹਮਣੇ ਖੜਾ ਅੱਛਾ ਆਹ ਖੜਾ ਇਹਨੇ ਚਲਾਈ ਗੱਡੀ ਮੇਰੇ ਬਾਈ ਮੈਮ ਉਨਕੋ ਮਾਰ ਰਹੀ ਥੀ ਠੀਕ ਹੈ ਨਾ ਯੇ ਅੰਕਲ ਬੋਲ ਰਹੇ ਕਿ ਕਹੀਂ ਜਾਣਾ ਨਹੀਂ ਹੈ ਯੇ ਲੋ ਬਾਰੀ ਚਲਾ ਕਰ ਬਤਾ ਕਰ ਉਨਕੋ ਉੱਪਰ ਬਿਠਾ ਕਰ ਡੇਡਾ ਮਿੰਡਾ ਉਸਕੋ ਦਿਖਾ ਰਹੇ ਥੇ ਬੰਦੇ ਕੋ ਯਹਾਂ ਕੇ ਰੁਕ ਗਏ ਨਹੀਂ ਗਲਤੀ ਕਿਸਕੀ ਹੈ ਗਲਤੀ ਕਾਰ ਵਾਲੇ ਕੀ ਹੈ ਇਨਕੀ ਹੈ ਇਹ ਭਾਗ ਰਹੇ ਥੇ ਬਲਕਿ ਇਹ ਭਾਗ ਰਹੇ ਥੇ ਗਲਤੀ ਇਨਕੀ ਹੈ ਨਹੀਂ ਥੱਪੜ ਮਾਰੇ ਇਹਨਾਂ ਨੇ ਥੱਪੜ ਮਾਰਾ ਥੇ ਮਾਰੇ ਥੱਪੜ ਚਲੋ ਚਲਦੀ ਗੱਡੀ ਚੇਲਾ ਕਰੀ ਨਾ ਦੇਖਿਆ ਮੈਨੂੰ ਚੱਲ ਜਦੋਂ ਬਿਲਕੁਲ ਨਾਲ ਆ ਕੇ ਸ਼ੀਸ਼ਾ ਖੋਲਿਆ ਨੇ ਇਹ ਮੁੱਕਾ ਮਾਰਿਆ ਤੁਹਾਡੇ ਮਾਰਿਆ ਸੀਗਾ ਮੁੱਕਾ ਮੈਂ ਅੱਗੇ ਬੈਠੀ ਸੀ ਨਾ ਅੱਛਾ ਜੀ ਸ਼ੀਸ਼ਾ ਖੋਲ ਕੇ ਮੂੰਹ ਮਾਰ ਕੱਢ ਲੈ ਮੇਰਾ ਮੁੱਕਾ ਮਾਰ ਦਿਓ ਇਦਾਂ ਹੁੰਦਾ ਕਿ ਨਹੀਂ ਕਹਿੰਦੇ ਸ਼ੀਸ਼ਾ ਵਿੱਚ ਬੜਾ ਮਾਰਿਆ ਇਹਨੂੰ ਪੁੱਛੋ ਬੁੱਢਾ ਸੱਚ ਨਹੀਂ ਨਹੀਂ ਤੇ ਫਿਰ ਥੱਪੜ ਮਾਰਿਆ ਫਿਰ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਜਦੋਂ ਕਹਿੰਦੇ ਸੋ ਤਸਵੀਰਾਂ ਦੇਖ ਸਕਦੇ ਹੋ ਬਸਤੀ ਬਾਵਾ ਗੇ ਨਹਿਰ ਦੇ ਕੋਲ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਲੇਡੀਜ਼ ਨੇ ਇੱਕ ਮੁੰਡੇ ਦੇ ਥੱਪੜ ਮਾਰਤਾ ਭਾਈ ਕੀ ਕਹਿਣਾ ਕੀ ਤੁਹਾਡਾ ਕੀ ਤਾਂ ਇੰਸੀਡੈਂਟ ਹੋਇਆ ਤੇ ਇਹ ਮੁੰਡਾ ਸੀ ਨਹੀਂ ਇੰਸੀਡੈਂਟ ਕਿਸੇ ਨੂੰ ਗੱਡੀ ਦੇ ਵਿੱਚ ਬੰਨ ਕੇ ਨਾ ਕੀ ਮਤਲਬ ਬੱਚੇ ਨੂੰ
ਆਂਟੀ ਖੜੀ ਕਾਲੇ ਸੂਟ ਵਾਲੀ ਨੇ ਮੇਰੇ ਆ ਕੇ ਚਪੇੜ ਮਾਰਤੀ। ਮੈਂ ਜਨਾਨੀ ਸਮਝ ਕੇ ਮਾਸਮਾਨ ਸਮਝ ਕੇ ਕੁਛ ਨੀ ਗਿਆ। ਬਾਈ ਇਹ ਗੱਡੀ ਭਜਾਉਣ ਲੱਗਾ, ਮੈਂ ਕਿਹਾ ਬਾਈ ਮੈਂ ਭੱਜਣ ਨਹੀਂ ਦੇਣਾ। ਇਹਨੇ ਗੱਡੀ ਪੇਲਦੀ, ਮੈਂ ਬੋਨਟ ਦੇ ਉੱਪਰ ਆ ਗਿਆ। ਮੇਰੀ ਐਕਟਿਵਾ ਦੇਖ ਲਓ 10 ਕਿਲੋਮੀਟਰ ਪਿੱਛੇ ਖੜੀ ਹੈ, ਇਹ 60 ਦੀ ਸਪੀਡ ਤੇ ਗੱਡੀ ਪੇਲਦਾ ਇੱਥੇ ਤੱਕ ਲੈ ਕੇ ਆ। ਜੇ ਮੈਂ ਡਿੱਗ ਜਾਂਦਾ ਮੇਰੇ, ਮੈਂ ਮਰ ਜਾਂਦਾ, ਸੀਗਾ ਕੋਈ ਜ਼ਿੰਮੇਵਾਰ ਇਹਨਾਂ ਚੋਂ? ਗੱਡੀ ਨਾਲ ਪੱਲਾ ਮੰਦੀ ਭਾਈ, ਇਹ ਮੁੰਡੇ ਨੇ ਸਾਰਾ ਦੇਖਿਆ ਲਾਈਵ ਆ ਵੀ, ਇਸ ਬੰਦੇ ਨੂੰ ਪੁੱਛੋ ਸਾਰਾ ਗੁਨਾਹ ਕਰਾ ਜੀ। ਨਹੀਂ ਤੁਸੀਂ ਪੁਲਿਸ ਨੂੰ ਸੂਚਿਤ ਕਰਤਾ ਹੁਣ? ਕਰਤਾ ਭਾਈ, 112 ਦੇ ਫੋਨ 112 ਨਹੀਂ ਭਾਈ, ਤੁਹਾਡੇ ਸਾਹਮਣੇ ਹੋਇਆ ਸੀਗਾ ਇਨਸੀਡੈਂਟ, ਤੁਸੀਂ ਵੀ ਇੱਥੇ ਖੜੇ ਸੀ। ਕਿਉਂ ਇਹਦਾ? ਅੱਛਾ ਨਹੀਂ, ਅੱਛਾ ਜੀ, ਆ ਮੌਕੇ ਤੇ ਮਿਲੋ ਸੀ। ਅੱਛਾ, ਇਹ ਗੱਲ ਜੋ ਹੈ ਸਹੀ ਹੈ, ਇਹ ਮਤਲਬ ਲੈ ਕੇ ਭਾਗੇ ਤੇ ਕਿਹੜਾ ਗਾੜੀ ਐਸੇ ਤੇ ਚਲਾ ਰਹੇ ਆ, ਐਸੇ ਐਸੇ ਰਿੰਗ ਐਸੇ ਚਲਾ ਰਹੇ ਆ। ਗਿਰ ਜਾਏ ਬੰਦਾ, ਗਿਰ ਜਾਏ ਬੰਦਾ, ਗਿਰ ਜਾਏ ਤਾਂ ਉਹਨੇ ਸੰਗ ਉੱਤੇ ਲੰਘ ਜਾਣਾ ਗੱਡੀ ਪਕੜ ਕੇ ਬੈਠੇ ਰਹੋ ਕੈਸੇ ਵੀ ਕਰਕੇ। ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਐਲੀਗੇਸ਼ਨ ਲੱਗੇ ਆ ਉਹ ਪਾਰਟੀ ਖੜੀ ਆ। ਉਹ ਮਰ ਜਾਂਦਾ ਜਾਂ ਉਹਨੂੰ ਕੁਝ ਹੋ ਜਾਂਦਾ, ਇਹਨਾਂ ਨੇ ਕੀ ਕਰਨਾ ਸੀਗਾ? ਨਹੀਂ ਮੈਮ, ਤੁਸੀਂ ਗੱਡੀ ਲੈ ਕੇ ਭੱਜੇ ਸੀਗੇ, ਗੱਡੀ ਲੈ ਕੇ ਗੱਡੀ ਕਾ ਸਟਿਕਰ ਲਗਵਾ ਰਹਾ ਥਾ, ਅਚਾਨਕ ਸੇ ਕਾਮ ਹੁਆ ਹੈ, ਮੈਂ ਵਹਾਂ ਸੇ ਲੇਕਰ ਮੈਂ ਸਾਰਾ ਚੀਜ਼ ਦੇਖ ਰਹਾ ਥਾ ਮੈਂ। ਆਂਟੀ ਕਹਿੰਦੇ ਕੈਮਰੇ ਲੱਗੇ ਹੋਏ, ਕੈਮਰੇ ਵਿੱਚ ਸਭ ਕੁਛ ਆਇਆ ਵਾ, ਕੀ ਕਹਿਣਾ ਤੁਹਾਡਾ? ਤੁਸੀਂ ਦੂਜੀ ਪਾਰਟੀ, ਗਲਤ ਬੰਦਾ ਕੀ ਬੋਲੂਗਾ, ਗਲਤ ਬੰਦਾ ਕੀ ਬੋਲੂਗਾ? ਉਹ ਨੀਚੇ ਤਾਂ ਆਓ, ਹੁਣ ਗੱਲ ਤਾਂ ਕਰ ਲਓ ਸਾਡੇ ਨਾਲ। ਨਹੀਂ ਸਾਡੇ, ਨਹੀਂ ਨਹੀਂ ਤੂੰ ਗੱਡੀ ਦੇ ਵਿੱਚ ਗਲਤ ਹੈ ਚਪੇੜ ਮਾਰੀ ਸੀ ਕਿਸੇ ਨੇ? ਰੋਕਤੀ ਤੇ ਬਸ, ਉਸ ਤੋਂ ਬਾਅਦ ਆਪਣੇ ਬੰਦੇ ਨੂੰ ਫੋਨ ਕਰ ਲਈ, ਇਹ ਉਹ ਫਲਾਂ ਟੀਮ ਤੇ, ਆ ਸਾਡੀ ਕੋਈ ਗਲਤੀ ਨੀ ਦੱਸੋ ਤੁਹਾਨੂੰ, ਪਿੱਛੇ ਸਾਡੀ ਗੱਡੀ ਸੀ, ਇੱਧਰ ਚ ਫਸਿਆ ਚੰਗੀ ਤਰ੍ਹਾਂ, ਵਿੱਚ ਫਸਿਆ ਤੇ ਇਹਨੇ ਡਿੱਗ ਕੇ ਪਾਸੇ ਟਰੱਕ ਚਲਦਾ ਮੈਂ ਤੂੰ ਉਸੇ ਕਾਰ ਪਿੱਛੋਂ ਆ ਰਹੀ, ਤੂੰ ਸਕੂਟੀ ਲੈ ਕੇ ਵਿੱਚ ਵੜਾ, ਤੇਰੇ ਸੱਟ ਵੱਜੂਗੀ, ਅਸੀਂ ਨੂੰ ਪਹੁੰਚਾਉਂਦੇ ਤਾਂ ਤੇ ਗੱਡੀ ਰੋਕੀ ਆ, ਫੇਰ ਉਸ ਔਖਾ ਸੁੱਖਾ ਤੁਹਾਨੂੰ ਬੋਲਾਂਗਾ ਮੁੱਕਾ ਡੀਲਰ ਦੇ। ਮੈਂ ਤਾਂ ਬੰਦਾ ਹੋਰ ਲੰਘਿਆ, ਕਹਿੰਦਾ ਜੀ ਸਾਨੂੰ ਸੱਟ ਕੇ ਥੱਲੇ ਆਣ ਲੱਗਾ ਸੀਗਾ, ਮੈਂ ਕਿਹਾ ਤੈਨੂੰ ਗੱਡੀ ਚਲਾਉਣੀ ਜਾਂਦੀ ਬਸ ਇਹਨੇ ਆਹ ਲਓ
ਗੱਡੀ ਸੋ ਜਲਦੀ ਮਾਰੀ ਇਹਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਬਸਤੀ ਬਾਵਾ ਖੇਰ ਦੀ ਨਹਿਰ ਮੋਕੇ ਤੇ ਪੁਲਿਸ ਪਹੁੰਚ ਗਈ ਹੈ ਜੀ। ਤੇ ਭਾਜੀ ਹੁਣ ਉਹ ਕਹਿੰਦੇ ਇਹਨਾਂ ਨੇ ਦੋ ਚਪੇੜਾਂ ਮਾਰੀਆਂ ਜੀ, ਦੱਸੋ ਕਿਸ ਵਜ੍ਹਾ ਨਾਲ ਮੁੰਡੇ ਦੇ ਚਪੇੜਾਂ ਮਾਰੀਆਂ ਇਹਨਾਂ ਨੇ ਮਾਰੀਆਂ ਜੀ, ਕਿਉਂ ਮਾਰੀਆਂ ਇਹਨਾਂ ਨੇ ਸਾਨੂੰ ਦੱਸੋ, ਇਹਨਾਂ ਦਾ ਕੀ ਹੱਕ ਹੈ ਮੁੰਡੇ ਦੇ ਹੱਥ ਚੱਕਣਾ? ਜੇ ਮੁੰਡਾ ਕੋਈ ਜਵਾਨੀ ਦਾ ਹੱਥ ਚੱਕੇ ਤੇ ਮੁੰਡਾ ਗਲਤਾ, ਮੁੰਡਾ ਚਲਦਾ ਕੇ ਪਰ ਗਾਲੀ ਭਾਈ ਨੂੰ ਮੌਕੇ ਤੇ ਜਨਕ ਰਾਜ ਹੀ ਪਹੁੰਚ ਚੁੱਕੇ ਨੇ। ਹਾਂਜੀ ਭਾਈ ਨਹੀਂ ਜਾਣਦੇ ਰਾਜ ਦੱਸ ਕੇ ਭਾਈ ਕੀ ਲੱਗਦਾ ਕੀ ਆ ਹੁਣ? ਬੋਜੀ ਦੇਖੋ ਇਹ ਐਕਟਿਵਾ ਚਲਾ ਰਿਹਾ ਸੀ, ਇਹਨਾਂ ਦੀ ਗੱਡੀ ਉਹ ਪੈਰ ਦੇ ਉੱਪਰ ਚੜੀ, ਇਹਨੇ ਉਹਨਾਂ ਨੂੰ ਕਿਹਾ ਗੱਡੀ ਭੰਗੜਾ ਚਲਾਓ ਜੀ, ਠੀਕ ਹੈ ਜੀ। ਇਹਨੇ ਕੋਲ ਗਾਲਾਂ ਕੱਢੀਆਂ, ਮੁੰਡੇ ਨੇ ਕੋਲ ਰੋਕਿਆ ਗੱਡੀ ਦੇ ਮੂਹਰੇ ਆ ਗਿਆ, ਕਹਿੰਦਾ ਮੈਂ ਤੁਹਾਨੂੰ ਰੋਕੋ ਫਿਰ ਮੈਂ ਬੁਲਾਉਣਾ ਵਾ, ਠੀਕ ਹੈ ਜੀ। ਇਹਨਾਂ ਨੇ ਕੀ ਕੀਤਾ, ਗੱਡੀ ਨੂੰ ਬਾਹਰ ਉਤਰ ਕੇ ਦੋ ਚਪੇੜਾਂ ਮਾਰੀਆਂ, ਕਹਿੰਦੇ ਜੀ ਸਾਡੀ ਕਾਰ ਦੇ ਉੱਤੇ ਮੁੱਕਾ ਮਾਰਿਆ, ਮੁੱਕਾ ਮਾਰਿਆ ਹੁੰਦਾ ਕਾਰ ਦੇ ਬੰਪਰ ਦੇ ਬੋਨਟ ਦੇ, ਕੋਈ ਸ਼ੀਸ਼ਾ ਟੁੱਟਦਾ ਕੁਛ ਨੀ ਟੁੱਟਾ ਜੀ, ਉਹਨਾਂ ਕੋਲ ਦਿਖਾਓ। ਆਂਟੀ ਸਾਰੇ ਆਮ ਝੂਠ ਬੋਲਦੀ, ਇਹਨਾਂ ਚਾਰਾਂ ਜਨਾਨੀਆਂ ਨੇ ਰਲ ਗਏ, ਮੁੰਡੇ ਨੇ ਉੱਥੇ ਹਮਲਾ ਕੀਤਾ ਜੀ, ਉਸ ਤੋਂ ਬਾਅਦ ਇਹਨਾਂ ਨੇ ਬੋਨਟ ਦੇ ਉੱਤੇ ਪਾ ਕੇ ਮੁੰਡੇ ਨੂੰ ਅੱਧਾ ਕਿਲੋਮੀਟਰ ਪਿੱਛੇ ਲੱਗ ਗਿਆ, ਜਾ ਕੇ ਉੱਥੇ ਐਕਟਿਵਾ ਖੜੀ ਸਾਡੀ, ਕਹਿੰਦਾ ਮੁੰਡਾ ਆਪ ਚੜਿਆ ਗੱਡੀ ਤੇ, ਮੁੰਡਾ ਆਪ ਚੜਿਆ ਗੱਡੀ ਤੇ ਆ ਕੇ ਖੜਾ ਹੋਇਆ, ਇਹਨਾਂ ਨੇ ਗੱਡੀ ਘੜਾਤੀ ਜੀ, ਗੱਡੀ ਰੁਕੀ ਨਹੀਂ ਹੋਈ। ਹੁਣ ਮੇਰੇ ਸਰ ਮੈਂ ਗੱਡੀ ਦੇ ਅੱਗੇ ਖੜਾ ਹੋ ਗਿਆ, ਤੁਸੀਂ ਗੱਡੀ ਕਿੱਦਾਂ ਚਲਾਓਗੇ? ਤੁਹਾਡੀ ਗੱਲ ਨਹੀਂ, ਐਂ ਤੁਸੀਂ ਗੱਡੀ ਧੁਰਾਈ ਨਾ, ਹਮੇਸ਼ਾ ਚੋਰ ਧੁਰਾ ਤਾਂ ਗੱਡੀ ਚੋਰੀ ਕਰਦੇ ਹੋ, ਇੰਜ ਨੂੰ ਮਾਰਨਾ ਚਾਹੁੰਦੇ ਹੋ, ਇਹਨਾਂ ਦਾ ਫਟੇ ਬੰਦੇ ਗੱਡੀ ਰੋਕ ਕੇ ਜੀ, ਉਹ ਗੱਡੀ ਨੂੰ ਇਹਨਾਂ ਜੋ ਮਰਜ਼ੀ ਕਰ ਮਰਜ਼ੀ ਗੱਲ ਕਰਦੇ, ਇਹਨਾਂ ਗੱਡੀ ਦਾ ਟਾਈਮ ਡੇਗ ਜਾਂਦਾ ਫਿਰ ਧੱਕਾ ਕੀਤਾ ਇਹਨਾਂ ਮੁੰਡੇ ਨਾਲ, ਆਸਕਰ ਦਾ ਪਿਆ ਬਾਹਰ ਟ੍ਰਾਂਸਪੋਰਟ ਦਾ ਮਾਲਕ ਹੈਗਾ ਉੱਥੇ, ਉਹਨੇ ਵੀ ਕਿਹਾ ਗਲਤੀ ਇਹਨਾਂ ਦੀ ਗੱਡੀ ਇਹਨਾਂ ਨੂੰ ਧੁਰਾਈ, ਸਾਰੇ ਆਪਣੇ ਚਾਚੇ ਜਾਣੂ ਸਾਹਿਬ ਨੂੰ ਫੋਨ ਕਰਦਾ, ਚਲੋ ਉਹ ਚਲੀਏ ਤੁਹਾਨੂੰ ਫੜੇ ਲੈ ਕੇ ਚਲਦੇ ਆ। ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੋਈ ਹੈ, ਪਹੁੰਚ ਚੁੱਕੇ ਨੇ ਤੇ ਹੁਣ ਇਹ ਗੱਲਬਾਤ ਵੀ ਕਰਾਂਗੇ, ਮੌਕੇ ਦੇ ਜਿਹੜੇ ਅਫਸਰ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਗੱਲ ਹੋਈ ਹੈ। ਸੋ ਤਸਵੀਰਾਂ ਤੁਹਾਨੂੰ ਮੈਂ ਬਸਤੀ ਬਾਵਾ ਖੇਲ ਨਹਿਰ ਦੀ ਦਿਖਾਉਂਦਾ ਮੈਂ, ਜਿੱਥੇ ਇੱਕ ਐਕਟਿਵਾ ਨੂੰ ਹਿੱਟ ਕੀਤਾ, ਗੱਡੀ ਵਾਲੇ ਨੇ ਹਿੱਟ ਕੀਤਾ, ਉਹ ਤਾਂ ਐਲੀਗੇਸ਼ਨ ਲੱਗ ਗਏ ਇਹਨਾਂ ਤੇ ਵੱਡੇ, ਕੋਈ ਰਜਾਮੰਦੀ ਨਹੀਂ ਕਰਦੀ, ਇਹ ਕਹਿ ਰਹੇ ਪੈਸੇ ਲੈ ਕੇ ਰਜਾਮੰਦੀ ਕਰ ਲਾਂ, ਕੁਛ ਨਹੀਂ ਹੋਣਾ ਜੀ, ਆਪਾਂ ਥਾਣੇ ਜਾਵਾਂਗੇ, ਆਪਣੀ ਅਪਰੋਚ ਇਹ ਲੜਾ ਨਹੀਂ ਲੜਾਵਾਂਗੇ, ਜਿਹੜਾ ਗਲਤ ਹੋਏਗਾ ਉਹ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸੋ ਹਾਲਾਤ ਦੇਖੋ ਜੀ, ਉਹ ਪਿੱਛੇ ਗੱਡੀ ਬਾਜੀ ਅੱਧਾ ਕਿਲੋਮੀਟਰ ਉੱਥੋਂ ਬੋਰਡਰ ਤੇ ਪਾ ਕੇ ਧੋਖੇ ਲੈ ਗਏ, ਉੱਥੇ ਟਰਾਂਸਪੋਰਟ ਵਾਲੇ ਹੈਗੇ, ਉਹ ਵੀ ਗਵਾਹ ਦੇਣ ਨੂੰ ਤਿਆਰ ਹੈ ਜੀ, ਗਵਾਹੀ ਦੇਣ ਨੂੰ, ਇਹਨਾਂ ਨੇ ਗਲਤ ਕੀਤਾ, ਚੋਰ ਹਮੇਸ਼ਾ ਆਪਣੀ ਗੱਡੀ ਦੁੜਾਉਂਦਾ ਜੀ, ਸਾਥ ਗੱਡੀ ਨਹੀਂ ਦੁੜਾਊਗਾ। ਉਹ ਭਾਜੀ ਮੇਰੇ ਸੱਟ ਲੱਗੀ ਹੈ ਯਾਰ, ਜੇ ਮੈਂ ਗੱਡੀ ਤੋਂ ਡਿੱਗ ਪੈਂਦਾ ਮੇਰੀ ਡਿਊਟੀ ਟੁੱਟ ਜਾਂਦੀ, ਫਿਰ ਭਾਜੀ ਜਿੱਦਾਂ ਮਤਲਬ ਤਾਂ ਥੱਪੜ ਮਾਰਿਆ ਸੀ ਇਹਨਾਂ ਨੇ, ਮੈਂ ਮਾਰਿਆ ਆਂਟੀ ਨੇ ਮਾਰੇ, ਆਂਟੀ ਨੇ ਮਾਰੇ ਮੇਰੇ ਦੋ ਥੱਪੜ, ਇਹਨਾਂ ਨੇ ਧੱਕਾ ਮਾਰੇ, ਉਹ ਪਿੰਕ ਵਾਲੀ ਆਂਟੀ ਨੇ ਧੱਕੇ ਮਾਰੇ ਨੇ ਇਹਨਾਂ ਨੇ, ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਈਆਂ, ਇੱਕ ਬੰਦੇ ਦੇ ਉੱਤੇ ਹਮਲਾ ਕੀਤਾ ਜੀ ਇਹਨਾਂ ਨੇ, ਤੇ ਬੰਦੇ ਹੋਏ ਭਾਈ ਤੁਸੀਂ ਇਕੱਲੇ ਸੀਗੇ ਉਸ ਟਾਈਮ ਸੀਗਾ ਯਾਰ ਭਾਜੀ, ਨਾ ਹੀ ਭਾਜੀ ਹੁਣ ਚਾਹੀਦਾ ਤੇ ਗੱਲਾਂ ਜਾ ਰਹੇ, ਮੈਨੂੰ ਮਾਰ ਦਿੰਦਾ ਚਾਹ, ਹੁਣ ਆਂਟੀ ਨੂੰ ਕੀ ਕਵਾਂ ਮੈਂ? ਉਹ ਤਾਂ ਕਹਿੰਦੇ ਆਪਾਂ ਇਹਨਾਂ ਨੂੰ ਅੱਗੇ ਆਏ ਉੱਪਰ ਗੱਡੀ ਨੇ ਚੜ ਕੇ ਸਰ ਕੀ ਕਹਿਣਾ ਤੁਹਾਡਾ ਕਾਹਦਾ ਕੀ ਇਸ ਬਾਰੇ? ਉਹ ਝਗੜਾ ਬੀਬੀਆਂ ਨੇ ਕੋਈ ਰੌਲਾ ਇਹਨਾਂ ਦਾ, ਕੋਈ ਨੀ ਦੇਖਦੀਆਂ ਕਰਦੇ। ਸੋ ਮੌਕੇ ਦੇ ਬਾਕੀ ਦੇਖ ਲੋ ਤੁਸੀਂ ਅੱਗੇ ਜਾ ਕੇ,
ਉਹ ਪਿੱਛੇ ਭਾਜੀ ਅੱਧਾ ਕਿਲੋਮੀਟਰ ਉੱਥੋਂ ਗੱਡੀ ਦੇ ਬੋਨਟ ਦੇ ਮੁੰਡੇ ਨੂੰ ਪਾ ਕੇ ਲਿਆ ਮਾਰ ਕਿੰਨੇ ਕੀਤੇ ਤੁਹਾਡਾ ਉਹਨਾਂ ਨੇ ਕੁੱਟਿਆ ਜੀ ਉਹ ਦੇਖੋ ਆਹ ਖੜੇ ਆ ਕਾਲੀ ਕਾਲੀ ਚੁੰਨੀ ਵਾਲੇ ਜੀ ਉਹਨਾਂ ਨੇ ਮਾਰਿਆ ਮੁੰਡੇ ਨੂੰ ਥੱਪੜ ਮਾਰੇ ਕਾਰਨ ਕੀ ਮਤਲਬ ਪਤਾ ਨਹੀਂ ਜੀ ਗੱਡੀ ਪਿੱਛੋਂ ਭੱਜੀ ਹੈ ਮੁੰਡੇ ਨੇ ਕਿਹਾ ਜੀ ਇਹਨਾਂ ਦੇ ਗੱਡੀ ਦੇ ਉੱਪਰ ਪੈਰ ਐਕਟਿਵਾ ਦੇ ਉੱਪਰ ਭਾਈ ਪੈਰ ਆਇਆ ਮੁੰਡੇ ਨੇ ਕਿਹਾ ਗੱਡੀ ਧਿਆਨ ਨਾਲ ਚਲਾਓ ਉਹਨਾਂ ਨੇ ਫੇਰ ਹਮਲਾ ਕੀਤਾ ਭਾਜੀ ਕਿੰਨੇ ਜਣੇ ਸੀਗੇ ਇਹ ਪੰਜ ਜਣੇ ਭਾਜੀ ਚਾਰ ਜਨਾਨੀਆਂ ਇੱਕ ਬੰਦਾ ਜੀ ਤੁਹਾਡੇ ਵਿੱਚ ਕਿੰਨੇ ਬੰਦੇ ਸੀਗੇ ਤੁਹਾਡੇ ਵੱਲੋਂ ਤੋਂ ਦੋਸਤੋ ਤਸਵੀਰ ਹੈ ਤੁਹਾਨੂੰ ਮੱਖੀ ਮਾਰ ਕੇ ਦੇ ਰਹੇ ਹਾਂ ਸੰਜੇ ਕਰ ਰਹੇ ਆ ਜਲੰਧਰ ਤੋਂ ਟਰੱਕ ਸੀਗਾ ਮੈਂ ਟਰੱਕ ਚ ਵੱਜਣ ਲੱਗਾ ਜੀ ਮੈਂ ਕਿਹਾ ਬਹੁਤ ਧਿਆਨ ਨਾਲ ਚਲਾਓ ਆਂਟੀ ਨੇ ਬਾਹਰ ਆ ਕੇ ਮੇਰੇ ਚਪੇੜ ਮਾਰਤੀ ਮੈਂ ਕਿਹਾ ਚਲੋ ਕੋਈ ਗੱਲ ਨੀ ਮਾਂ ਸਮਾਨ ਹੈ ਵੱਡੀ ਉਮਰ ਹੈ ਮਾਰ ਸਕਦੇ ਆ ਮੈਂ ਕਿਹਾ ਆਂਟੀ ਮੈਂ ਜਾਣ ਨੀ ਦੇਣਾ ਮੇਰੇ ਸੱਟ ਵੀ ਲੱਗੀ ਆ ਦੇਖ ਤੁਸੀਂ ਆ ਕਿੱਥੋਂ ਰਹੇ ਭਾਜੀ ਮੈਂ ਭਾਜੀ ਪਿੱਛੋਂ ਆ ਰਿਹਾ ਸੀ ਉਧਰੋਂ ਆ ਕਪੂਰਥਲੇ ਦੇ ਕਪੂਰਥਲੇ ਆ ਰਹੇ ਨੇੜੇ ਗਿਆ ਸੀ ਇੱਥੇ ਕਪੂਰਥਲਾ ਰੋਡ ਤੇ ਸੀਗਾ ਓਕੇ ਤੇਰੇ ਨਾਲ ਪਿੱਛੋਂ ਹਿੱਟ ਕੀਤੀ ਇਹਨਾਂ ਨੇ ਪਿੱਛੋਂ ਹਿੱਟ ਕੀਤੀ ਗੌਤਮ ਨਗਰ ਤੋਂ ਗੌਤਮ ਨਗਰ ਤੋਂ ਆ ਰਹੇ ਤੁਸੀਂ ਮੈਨੂੰ ਕਹਿੰਦੇ ਤੁਹਾਨੂੰ ਕਾਰ ਨਹੀਂ ਚਲਾ ਐਕਟੀਵਾ ਨਹੀਂ ਚਲਾਣੀ ਆਉਂਦੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਦੋਂ ਮੇਰੇ ਸੱਟ ਲੱਗੀ ਆਂਟੀ ਨੇ ਚਪੇੜ ਮਾਰੀ ਮੈਂ ਆਂਟੀ ਮੈਂ ਹੁਣ ਜਾਣ ਨਹੀਂ ਦੇਣਾ ਪੰਜ ਮਿੰਟ ਰੁਕ ਇਹ ਭਾਜੀ ਗੱਡੀ ਭਜਾਣ ਲੱਗੇ ਮੈਂ ਗੱਡੀ ਦੇ ਬੋਨਟ ਦੇ ਅੱਗੇ ਖੜਾਈ ਮੈਂ ਆਂਟੀ ਹੁਣ ਜਾਣਾ ਨਹੀਂ ਉਹ ਇਹਨਾਂ ਨੇ ਪੂਰੀ ਰੇਸ ਨਾ ਮੈਂ ਭਾਜੀ ਬੋਨਟ ਦੇ ਉੱਪਰ ਮੈਂ ਭਾਜੀ ਬੋਨਟ ਤੇ ਬੈਠਾ ਮੇਰੀ ਐਕਟੀਵਾ ਦੇਖ ਲਓ 1.5 ਕਿਲੋਮੀਟਰ ਤੁਸੀਂ ਬੋਨਟ ਤੇ ਬੋਨਟ ਤੇ ਬੈਠਾ ਇੰਨੇ ਭਾਜੀ ਬੰਦੇ ਨੇ ਗੱਡੀ ਐ ਕਰ ਕੋਈ ਰੇਸ ਨਾ ਪਈ ਬੰਦੇ ਦਾ ਕਿ ਜਨਾਨੀਆਂ ਦਾ ਦੱਸ ਬਹੁਤ ਸਾਰਿਆਂ ਦਾ ਇੰਨਾ ਹੈ ਜਿੰਨਾ ਜਨਾਨੀ ਦਾ ਥੱਪੜ ਮਾਰਿਆ ਬੰਦੇ ਦਾ ਦੇਖ ਸਕਦੇ ਹੋ ਮੁੱਕੇ ਦੇ ਮੁੱਕੇ ਦੇ ਸਾਰੀ ਹੰਗਾਮਾ ਹੋ ਰਿਹਾ ਤਸਵੀਰਾਂ ਜਲੰਧਰ ਦੀਆਂ ਦਿਖਾ ਰਹੇ ਆ ਜਿੱਥੇ ਵੀ ਭਾਈ ਪਰਚਾ ਪਾਇਆ ਬੜਾ ਜਨਾਨੀ ਦੇ ਰਾਜ ਆ ਦੇਖ ਸਕਦੇ ਹੋ ਕਿ ਜਿਹੜਾ ਹਾਂਜੀ ਭਾਈ ਕੀ ਗੱਲ ਕਰਦੇ ਹਾਂਜੀ ਸਰ ਕੀ ਗੱਲ ਕਰਦੇ ਹੋ ਇਹ ਗਾਂ ਦੇ ਇੱਧਰ ਹੀ ਬਣਦੇ ਨਾ ਹਾਂਜੀ ਦੱਸੋ ਕੋਈ ਗੱਲ ਕੋਈ ਨਹੀਂ ਮੈਂ ਤੁਹਾਡੇ ਕੋ ਦੋ ਵਾਰੀ ਇਹਦੀ ਨਹੀਂ ਗੱਲ ਨਹੀਂ ਮੈਨੂੰ ਲੱਗਿਆ ਤੁਸੀਂ ਉਹਨਾਂ ਦੇ ਨਹੀਂ ਨਹੀਂ ਤੁਹਾਡੇ ਵੱਲੋਂ ਵੀ ਅੱਗੇ ਦੋਨੇ ਕੀ ਆਪਣਾ ਦੱਸੋ ਅੱਗੇ ਤੁਹਾਨੂੰ ਗੱਲ ਨਹੀਂ ਕਰਾਂਦੇ ਹਾਂਜੀ ਬੋਲੋ ਵੀ ਤਾਂ ਉੱਪਰ ਆ ਕੇ ਖੜਾ ਹੈ ਉਹਨੇ ਇੰਨਾ ਕਰਾਸ਼ ਕਰ ਲਿਆ ਸਾਰੇ ਬੰਦੇ ਉਹਨਾਂ ਦੇ ਆ ਹਾਂਜੀ ਤੇ ਇਸ ਕਰਕੇ ਸਾਈਡ ਦਾ ਅੱਗੇ ਸਾਡੇ ਹੱਥ ਪੈ ਹੁਣ ਵੀ ਮੈਨੂੰ ਮਾਰਨ ਲੱਗੇ ਜੀ ਨਹੀਂ ਭਾਜੀ ਤੁਸੀਂ ਹਿੱਟ ਕੀਤਾ ਸੀ ਐਕਟੀਵਾ ਦੇ ਵਿੱਚ ਹਿੱਟ ਮਾਰੀ ਤੁਸੀਂ ਅਸੀਂ ਹਿੱਟ ਨਹੀਂ ਮਾਰੀ ਗੱਡੀ ਲੈ ਕੇ ਆ ਰਹੇ ਸੀ ਅਸੀਂ ਹੋਰਨ ਮਾਰਿਆ ਮੁੰਡਾ ਇੱਕਦਮ ਡੋਲ ਗਿਆ ਠੀਕ ਹੈ ਉਹਨੂੰ ਲੱਗਿਆ ਕਿ ਮੈਂ ਅਸੀਂ ਰੋਕੀ ਗੱਡੀ ਮੈਂ ਕਿਹਾ ਵੀ ਤੇਰੇ ਸੱਟ ਲੱਗਣ ਲੱਗੀ ਆ ਤੇ ਇਹ ਕਹਿੰਦਾ ਤੁਸੀਂ ਗਲਤ ਚਲਾ ਰਹੇ ਕਹਿੰਦਾ ਤੁਸੀਂ ਚਲਾ ਰਹੇ ਨੋਰਮਲ ਦੀ ਗੱਲ ਖੜੀ ਹੋਏ ਤੇ ਕੋਈ ਬੰਦਾ ਇਹ ਗੱਲ ਕਹਿੰਦਾ ਕਿ ਤੂੰ ਚਲਾ ਤਾਂ ਮਾੜੀ ਮਾੜੀ ਬੰਦੇ ਦੀ ਹੁੰਦੀ ਹੈ ਤੂੰ ਗਲਤ ਇੱਕ ਦੂਜੇ ਸਾਰੇ ਜਣੇ ਕਹਿੰਦੇ ਹੀ ਆ ਇੰਨੀਆਂ ਚ ਮੁੰਡੇ ਨੇ ਕੀ ਕੀਤਾ ਸਿਸਟਰ ਬੈਠੀ ਸਾਈਡ ਤੇ ਉੱਤੇ ਮਾਰਿਆ ਕਸੂਨ ਗੱਡੀ ਕਿਉਂ ਚਲਾ ਰਹੇ ਭਾਜੀ ਗੱਡੀ ਮੈਂ ਚਲਾ ਰਿਹਾ ਤੁਸੀਂ ਚਲਾ ਰਹੇ ਕਿੱਥੋਂ ਆ ਰਹੇ ਸੀ ਕਪੂਰਥਲੇ ਤੋਂ ਆ ਰਹੇ ਕਪੂਰਥਲੇ ਤੋਂ ਕਿ ਉਹ ਜਿੱਦਾਂ ਕਹਿ ਰਹੇ ਬੋਲਟ ਦੇ ਉੱਪਰ ਬਿਠਾ ਕੇ ਤੁਸੀਂ ਇੰਨੀ ਗੱਡੀ ਦਾ ਲੈ ਜਾਣੀ ਇੱਧਰ ਬਿਠਾ ਸਕਦਾ ਕੋਈ ਇੰਨਾ ਮੁੰਡਾ ਹੱਟਾ ਕੱਢਣ ਨੂੰ ਬਿਠਾ ਰਿਹਾ ਪਤਾ ਨਹੀਂ ਉਹ ਇੰਨਾ ਤਕੜਾ ਬੰਦੇ ਨੂੰ ਕੋਈ ਬਿਠਾ ਸਕਦਾ ਮੈਨੂੰ ਉਹੀ ਗੱਲ ਕਰ ਰਹੇ ਕਹਿੰਦੇ ਕਿ ਛਾਲ ਮਾਰ ਕੇ ਚੜਿਆ ਉੱਤੇ ਆਪੇ ਸਾਡੀ ਗੱਡੀ ਗੱਡੀ ਤੋੜ ਲਈ ਉਹਨੇ ਤੁਹਾਡੀ ਗੱਡੀ ਚੜ ਕੇ ਛਾਲ ਮਾਰ ਰਹੀ ਮੈਂ ਕਹਿੰਦੇ ਅੱਧਾ ਕਿਲੋਮੀਟਰ ਤੁਸੀਂ ਲੈ ਕੇ ਉਹਨੂੰ ਬਿਠਾ ਕੇ ਬੰਦਾ ਕਹਿ ਰਿਹਾ ਮੈਂ ਬੰਦੇ ਬੁਲਾ ਰਿਹਾ ਮੈਂ ਦੇ ਰਿਹਾ ਉਹ ਮੈਂ ਆ ਕਰੂੰਗਾ ਅੱਛਾ ਉਹ ਕਹਿੰਦੇ ਮੈਂ ਕਰ ਲਏ ਫੋਨ ਆਪਣੇ ਮੈਂ ਤੁਹਾਨੂੰ ਦੱਸਦਾ ਮੌਕੇ ਤੁਹਾਡੀ ਆਪਸੀ ਕਹਿੰਦਾ ਮੈਂ ਦੱਸੂਗਾ ਤੁਹਾਨੂੰ ਹੁਣ ਤੁਸੀਂ ਗਲਤ ਜਗ੍ਹਾ ਪੰਗਾ ਲੈ ਲਿਆ ਉਹਨੇ ਇਹ ਗੱਲ ਕਹੀ ਥੱਪੜ ਮਾਰਿਆ ਮੈਮ ਨੇ ਬੰਦੇ ਦੇ ਥੱਪੜ ਉਹਨੇ ਕਿਸੇ ਨੂੰ ਮਾਰਿਆ ਸ਼ੀਸ਼ਾ ਕੁਦਰਤੀ ਬੰਦ ਸੀਗਾ ਬਾਈ ਤਾਂ ਸੁਣਨੇ ਬਾਈ ਦਾ ਤੇ ਹੁਣ ਸ਼ੀਸ਼ਾ ਟੁੱਟੇ ਡੇਰ ਕਰ ਦਿੰਦਾ ਸ਼ੀਸ਼ਾ ਖੋਲਿਆ ਨਾ ਜਿੱਦਾਂ ਜਿਹੜਾ ਪੰਜ ਮੇਰੇ ਮੂੰਹ ਤੇ ਆ ਗਿਆ ਅੱਛਾ ਜੀ ਪੰਜ ਮੇਰੇ ਮੂੰਹ ਤੇ ਮੇਰੇ ਮੂੰਹ ਮੈਂ ਅੱਗੇ ਬੈਠੀ ਸੀ ਇੱਧਰ ਨਹੀਂ ਸ਼ਾਇਦ ਇਹ ਵਿੱਚੋਂ ਦੀ ਲੰਘ ਰਿਹਾ ਸੀ ਇੱਧਰ ਗੱਡੀ ਚ ਇੱਧਰ ਆਟੋ ਜਾ ਰਿਹਾ ਵਿੱਚੋਂ ਦੀ ਲੰਘ ਰਿਹਾ ਸੀ ਫਸੇ ਤੋਂ ਇਹਨੇ ਮੁੜ ਕੇ ਪਹਿਲਾਂ ਤਾਂ ਮਾਰਿਆ ਇੱਧਰ ਮੁੜਕਾ ਮੁੜ ਕੇ ਮੈਂ ਸ਼ੀਸ਼ਾ ਖੋਲਿਆ ਮੁੜ ਕੇ ਫੇਰ ਪੰਜ ਮਾਰਿਆ ਨਹੀਂ ਦੁਬਾਰਾ ਫੇਰ ਮਾਰਿਆ ਮੇਰੇ ਮੂੰਹ ਤੇ ਮੈਂ ਮੇਰੇ ਚਪੇੜ ਤਾਂ ਮਾਰਿਆ ਆਪਣਾ ਬਚਾਣਾ ਤੇ ਮਾਰਨੇ ਮਤਲਬ ਕਿ ਇਹਨੇ ਸੈਲਫ ਡਿਫੈਂਸ ਤੁਸੀਂ ਮਾਰੀ ਹੈ ਆਪਣਾ ਬਚਾਅ ਕਰਦੇ ਨਹੀਂ ਨਹੀਂ ਮੁੜ ਕੇ ਗਾਂ ਮੈਨੂੰ ਗਾਲਾਂ ਕੱਢਣ ਲੱਗ ਗਿਆ ਮਾਂ ਭੈਣ ਦੀ ਗਾਲਾਂ ਕੱਢਣ ਲੱਗ ਗਿਆ ਤੇਰੀ ਮਾਂ ਨੂੰ ਮਾਂ ਕੱਢੀ ਤੁਹਾਨੂੰ ਮੈਂ ਚਪੇੜ ਮਾਰੀ ਉਹ ਚਾਰ ਚਾਰ ਹੌਲੀ ਹੌਲੀ ਦੋ ਦੋ ਆ ਕੇ ਦੋ ਦੋ ਦੱਸ ਲੱਗ ਗਿਆ
ਬਾਬਾ ਗਿੱਲ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏ ਜਿੱਥੇ ਕੀ ਹਾਲਾਤ ਬਣ ਚੁੱਕੇ ਹੋਏ ਆ, ਕੀ ਬਾਰੀ ਖਾਮਾ ਹੁੰਦਾ ਪਿਆ। ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ, ਤੇ ਦੋਨੋਂ ਤੇਰਾ ਅਸੀਂ ਗੱਲਬਾਤ ਕੀਤੀ ਆ। ਬਸਤੀ ਬਾਬਾ ਗਿੱਲ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਜਿਹੜਾ ਮੁੰਡਾ ਐਲੀਗੇਸ਼ਨ ਲਗਾ ਰਿਹਾ ਐਕਟਿਵਾ ਵਾਲਾ, ਕਹਿ ਰਿਹਾ ਕਿ ਮੇਰੇ ਨਾਲ ਜਿਹੜੀ ਹੈ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਦੋਨੋਂ ਤੇ ਜਦੋਂ ਮੁੰਡਾ ਦੂਰ ਤੱਕ ਜਿਹੜਾ ਇੱਥੇ ਲੈ ਕੇ ਆ ਜਾਂਦੇ ਨੇ। ਸੋ ਦੇਖ ਸਕਦੇ ਹੋ ਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਪਬਲਿਕ ਅਪਡੇਟ ਟੀਮ। ਇਸ ਵੇਲੇ ਜਲੰਧਰ ਮਾਮਲਾ ਕੀਤਾ ਜਾ ਰਿਹਾ। ਜੋ ਬਾਰੀ ਗਾਮਾ ਹੁੰਦਾ ਪਿਆ ਬਸਤੀ ਬਾਬਾ ਖੇਲ ਤੇ ਭਾਜੀ ਇੱਧਰ ਜਿਹਨੇ ਹਿੱਟ ਕੀਤਾ ਤਸਵੀਰਾਂ ਤੁਸੀਂ ਦੇਖ ਲੋ। ਸੋ ਬੁਕਬਾਰੀ ਹੰਗਾਮਾ ਹੋ ਰਿਹਾ, ਤੁਹਾਨੂੰ ਮੈਂ ਲਾਈਵ ਤਸਵੀਰਾਂ ਦਿਖਾਉਂਦਾ ਮੈਂ ਦੋ ਗੁੱਟਾਂ ਦੇ ਵਿੱਚ। ਤੁਹਾਨੂੰ ਮੈਂ ਤਸਵੀਰਾਂ ਸਾਂਝੀਆਂ ਕਰ ਰਿਹਾ ਰੋਜ਼ਾਨਾ 24 ਨਿਊਜ਼ ਤੇ, ਤੁਹਾਨੂੰ ਤਸਵੀਰਾਂ ਮੈਂ ਦਿਖਾ ਰਿਹਾ ਕੀ ਬਾਰੀ ਗਾਮਾ ਹੁੰਦਾ ਪਿਆ। ਹੁਣ ਸਾਰੇ ਮੌਕੇ ਤੇ ਪਹੁੰਚੀ ਹੈ, ਪੀਸੀਆਰ ਪਹੁੰਚ ਚੁੱਕੀ ਹੈ। ਬੰਪਰ ਤੇ ਬੈਠੇ ਸੀਗੇ, ਸੋ ਦੂਸਰੀ ਪਾਰਟੀ ਕਹਿ ਲੱਭੀ ਇੱਕ ਬੰਦਾ ਨਾਲ ਬੈਠੇਗਾ। ਸੋ ਮੌਕੇ ਤੇ ਬਾਬਾ ਖੇਲੇ ਪੁਲਿਸ ਪਹੁੰਚ ਕੇ ਥਾਣੇ ਲੈ ਕੇ ਚੱਲੇ ਹੈਗੇ, ਗੱਡੀ ਵਟਾ ਕੇ ਲੈ ਕੇ ਚੱਲੇ। ਥਾਣੇ ਬੁਲਾ ਰਹੇ ਜੀ? ਹਾਂਜੀ। ਸੋ ਇਹ ਤਸਵੀਰਾਂ ਨਾਲ ਜਾ ਜਾ ਦਿਓ ਭਾਜੀ, ਪਤਾ ਹੀ ਨਹੀਂ ਜੀ ਰਹਿਣ ਵਾਲੀ ਤਸਵੀਰਾਂ ਤੁਸੀਂ ਦੇਖ ਲੋ ਕੀ। ਸੋ ਇਹੀ ਤਸਵੀਰਾਂ ਨਾਲ ਜਾ ਜਾ ਦਿਓ, ਅਗਲੀ ਤਸਵੀਰਾਂ ਜਲਦ ਰੂਬਰੂ ਕਰਾਵਾਂਗੇ ਰੋਜ਼ਾਨਾ 24 ਨਿਊਜ਼ ਤੇ, ਬਣੇ ਰਹੋ।